ਹੈਲੋ ਐਂਡ ਵੈਲਕਮ ਗਾਈਸ, ਕੀ ਹਾਲ ਚਾਲ ਹੈ ਬਾਬੇ? ਠੀਕ ਠਾਕ ਹੋ? ਸਿੱਧਾ ਕੈਮ ਆ, ਵੈਲਕਮ ਆ ਤੁਹਾਡਾ ਆਪਣੇ ਯੂਟਿਊਬ ਚੈਨਲ ਮੀਤੈਨ। ਬਾਬੇ ਮੀਤ ਗਈ ਹੋਈ ਹੈ ਵੇਖ ਕੇ। ਵੈਲਕਮ ਆ ਤੁਹਾਡੇ ਆਪਣੇ ਯੂਟਿਊਬ ਚੈਨਲ ਮੀਤੈਨ ਪ੍ਰੀਤ ਵਲੋਗਸ 'ਤੇ ਲੱਗਿਆ ਹੋਵੇ ਵਲੋਗ ਸਟਾਰਟਿੰਗ ਕਰਨ। ਮੀਤ ਨੂੰ ਮੈਂ ਕੱਲ੍ਹ ਯਾਨੀ ਕਿ ਵਲੋਗ ਪਤਾ ਨਹੀਂ ਤੁਹਾਨੂੰ ਕਿੱਦਣ ਦੇਖਣ ਨੂੰ ਮਿਲੂਗਾ। ਮੈਂ ਮੀਤ ਨੂੰ ਛੱਡ ਗਿਆ ਸੀ ਮੰਡੇ, ਮੰਡੇ ਛੱਡ ਕੇ ਆ ਗਿਆ ਸੀਗਾ ਅਤੇ ਮਤਲਬ ਮੰਗਲਵਾਰ ਨੂੰ ਆਇਆ ਸੀਗਾ ਅਤੇ ਲੱਗਿਆ ਆਪਾਂ ਵਲੋਗ ਦੀ ਸਟਾਰਟਿੰਗ ਕਰਨ। ਅਤੇ ਇੱਕ ਤਾਂ ਆਪਾਂ ਅੱਜ ਜਾਣਾ ਕਿਸੇ ਪਾਰਟੀ 'ਤੇ ਚੱਲੇ ਹਾਂ, ਮੈਂ ਅਤੇ ਦਾਦਾ ਜੀ ਨੇ ਜਾਣਾ, ਉਹਨਾਂ ਨਾਲ ਕਿਸੇ ਅੱਗੇ ਫਰੈਂਡ ਦੀ ਕਿਸੇ ਪਾਰਟੀ ਆ ਰਿਟਾਇਰਮੈਂਟ ਦੀ, ਉੱਥੇ ਜਾਣਾ ਮੈਂ। ਅਤੇ ਨਾਲੇ ਦੇਖਦੇ ਹਾਂ, ਬਾਕੀ ਮੈਨੂੰ ਭੁੱਖ ਬੜੀ ਲੱਗੀ ਸੀ ਕਿਉਂਕਿ ਰਾਤੀ ਮੈਂ ਰੋਟੀ ਖਾਧੀ ਨਹੀਂ। ਮੰਮੀ ਨੂੰ ਦੇਖਦੇ ਕਿਚਨ 'ਚ ਕੀ ਬਣਾਉਂਦੇ ਪਏ ਨੇ, ਇੱਕ ਵਾਰੀ ਪੁੱਛ ਜਾਂਦੇ ਹਾਂ। ਅਤੇ ਨਾਲੇ ਬਸ ਇਸ ਤੋਂ ਬਾਅਦ ਨਹਾ ਧੋ ਕੇ ਮੈਂ ਹੁਣ ਕੱਪੜੇ ਲੱਗਿਆ ਜੀ, ਹੁਣ ਰੈਡੀ ਆ, ਰੈਡੀ ਹੋ ਕੇ ਮਿਲਦੇ, ਨਾਲੇ ਦੇਖ ਲੈਂਦੇ ਕਿਚਨ 'ਚ ਕੀ ਬਣਦਾ ਪਿਆ। ਭੁੱਖ ਬੜੀ ਲੱਗੀ ਹੋਈ ਹੈ, ਚਲੋ ਚੱਲੀਏ। ਮੰਮੀ ਕਿਆ ਬਣਾ ਰਹੇ ਹੈ? ਬਣਾ ਰਹੇ ਪਿਆਜ਼ ਦੇ ਪਰੌਂਠੇ। ਪਿਆਜ਼ ਦੇ ਪਰੌਂਠੇ? ਪਿਆਜ਼ ਦੇ ਪਰੌਂਠੇ। ਓਕੇ। ਇਹਦੇ ਵਾਸਤੇ ਮੈਂ ਪਹਿਲਾਂ ਆਟਾ ਤਿਆਰ ਕਰ ਲਈ। ਠੀਕ ਹੈ, ਕਿਆ ਡਿਫਰੈਂਟ ਹੋਊਗਾ ਮਤਲਬ ਪਕੌੜੇ ਪਹਿਲਾਂ, ਸੋਰੀ ਪਰੌਂਠੇ ਵਾਂ? ਇਹ ਪਰੌਂਠਿਆਂ ਦੀ ਜਿਹੜੀ ਸਟਫਿੰਗ ਆ ਨਾ, ਉਹ ਸਟਫਿੰਗ ਅਲੱਗ ਆ। ਠੀਕ ਹੈ, ਇਹ ਕਿਸ ਤਰ੍ਹਾਂ ਹੋਊਗੀ ਤਿਆਰ ਉਹ ਤੁਹਾਨੂੰ ਅਸੀਂ ਹੁਣ ਦੱਸਦੇ ਹਾਂ। ਓਕੇ। ਫਿਲਹਾਲ ਪਹਿਲਾਂ ਅਸੀਂ ਆਟਾ ਤਿਆਰ ਕਰ ਲਈਏ। ਠੀਕ ਹੈ। ਆਟਾ ਤਿਆਰ ਕਰਨ ਵਾਸਤੇ ਅਸੀਂ ਸਭ ਤੋਂ ਪਹਿਲਾਂ ਆਟੇ ਵਿੱਚ ਪਾਵਾਂਗੇ ਘੀ। ਠੀਕ ਹੈ। ਘੀ ਗਰਮ ਪਾਣਾ? ਨਹੀਂ, ਕੋਈ ਜਿਸ ਤਰ੍ਹਾਂ ਮਰਜ਼ੀ ਪਾ ਦਿਓ। ਆਪਣੇ ਕੋਲ ਗਰਮ ਘੀ ਸੀ, ਘੀ ਕੱਢ ਰਹੇ ਹਾਂ ਇਸ ਟਾਈਮ, ਇਸ ਕਰਕੇ ਮੈਂ ਗਰਮ ਘੀ ਪਾਤਾ। ਠੀਕ ਹੈ। ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਥੋੜ੍ਹਾ ਜਿਹਾ ਨਮਕ। ਠੀਕ ਹੈ। ਨਮਕ ਪਾ ਕੇ ਇਹਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰਾਂਗੇ। ਆਪਾਂ ਨੇ ਘੀ ਅਤੇ ਨਮਕ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ। ਆਟੇ ਨੂੰ ਆਪਾਂ ਇਸ ਤਰ੍ਹਾਂ ਚੈੱਕ ਕਰ ਸਕਦੇ ਹਾਂ, ਆਟਾ ਆਪਣਾ ਬਿਲਕੁਲ ਰੈਡੀ ਹੈ। ਹੁਣ ਆਪਾਂ ਆਟਾ ਗੁੰਨਾਂਗੇ। ਆਟਾ ਬਿਲਕੁਲ ਰੈਡੀ ਹੋ ਗਿਆ, ਇਸ ਤਰ੍ਹਾਂ ਹੋਣਾ ਚਾਹੀਦਾ ਡੋ, ਨਾ ਜ਼ਿਆਦਾ ਟਾਈਟ ਅਤੇ ਨਾ ਜ਼ਿਆਦਾ ਪਤਲਾ। ਠੀਕ ਆ। ਉਸ ਤੋਂ ਬਾਅਦ ਇਹ ਪਿਆਜ਼ ਆਪਾਂ ਨੇ ਬਰੀਕ ਕੱਟ ਲਏ। ਇਹ ਪਿਆਜ਼ ਇਸ ਵਾਸਤੇ ਕੱਟੇ ਨੇ, ਜੇ ਆਪਾਂ ਇਹਨੂੰ ਗ੍ਰੈਂਡਰ ਦੇ ਵਿੱਚ ਜਾਂ ਚੋਪਰ ਦੇ ਵਿੱਚ ਚੋਪ ਕਰਾਂਗੇ ਤਾਂ ਇਹ ਪਿਆਜ਼ ਪਾਣੀ ਛੱਡ ਦੇਣਗੇ, ਇਸ ਕਰਕੇ ਇਹ ਹੱਥ ਨਾਲ ਹੀ ਹੱਟ ਕਰਨੇ ਨੇ। ਇਹਦੇ 'ਤੇ ਪਾਵਾਂਗੇ ਆਪਾਂ ਹਰੀ ਮਿਰਚ, ਹਰੀ ਮਿਰਚ ਪਾਵਾਂਗੇ, ਫਿਰ ਪਾਵਾਂਗੇ ਅਜਵੈਨ, ਥੋੜ੍ਹੀ ਜਿਹੀ ਕਸਤੂਰੀ ਮੇਥੀ, ਇਹ 'ਚ ਨਮਕ ਨਹੀਂ ਪਾਉਣਾ, ਨਮਕ ਆਪਾਂ ਨੇ ਬਾਅਦ ਵਿੱਚ ਪਾਉਣਾ, ਉਹ ਕਦੋਂ ਪਾਉਣਾ ਤੁਹਾਨੂੰ ਦੱਸਦੇ ਹਾਂ। ਉਸ ਤੋਂ ਬਾਅਦ ਥੋੜ੍ਹਾ ਜਿਹਾ ਪਾਉਣਾ ਆਪਾਂ ਨੇ ਜੀਰਾ ਪਾਊਡਰ, ਥੋੜ੍ਹਾ ਜਿਹਾ ਪਾਵਾਂਗੇ ਗਰਮ ਮਸਾਲਾ ਅਤੇ ਥੋੜ੍ਹੀ ਜਿਹੀ ਲਾਲ ਮਿਰਚ। ਇਹ ਹੋਣ ਤੋਂ ਬਾਅਦ ਫਿਰ ਆਪਾਂ ਨੇ ਜੋ ਭੁੰਨੇ ਹੋਏ ਚਨੇ ਨੇ, ਇਹਨਾਂ ਚਨਿਆਂ ਨੂੰ ਇਹ ਸਟਫਿੰਗ ਪਾਣੀ ਨਾ, ਇਹ ਮਤਲਬ ਜੋ ਪਿਆਜ਼ ਨੇ ਇਹ ਪਾਣੀ ਨਾ ਛੱਡਣ, ਇਸ ਵਾਸਤੇ ਅਸੀਂ ਇਹ ਚਨਿਆਂ ਦੇ ਜੋ ਚਨੇ ਦੀ ਦਾਲ ਆ ਰੋਸਟਡ, ਇਹਨੂੰ ਅਸੀਂ ਮਿਕਸੀ ਵਿੱਚ ਗ੍ਰੈਂਡ ਕਰ ਲਾਂਗੇ। ਪਹਿਲਾਂ ਚਨਿਆਂ ਦੀ ਦਾਲ ਪੀਸੀ ਸੀ, ਚਨੇ ਦੀ ਦਾਲ ਨਹੀਂ ਪੀਸਣੀ, ਮਤਲਬ ਜਿਹੜੇ ਰੋਸਟਡ ਚਨੇ ਹੁੰਦੇ ਨੇ ਖਾਣ ਵਾਲੇ ਜਾਂ ਦੂਸਰੇ ਚਨੇ ਉਹ ਭੁੱਜੇ ਹੋਏ ਛੋਲੇ, ਆਪਾਂ ਨੇ ਉਹਨਾਂ ਦਾ ਇਹ ਆਟਾ ਤਿਆਰ ਕਰ ਲਿਆ। ਇਹ ਜੇ ਇਹ ਨਹੀਂ ਤੁਹਾਡੇ ਕੋਲ ਅਵੇਲੇਬਲ ਹੈਗਾ ਤਾਂ ਤੁਸੀਂ ਬੇਸਣ ਨੂੰ ਥੋੜ੍ਹਾ ਜਿਹਾ ਰੋਸਟ ਕਰਕੇ ਫਿਰ ਭੁੰਨ ਕੇ ਫਿਰ ਤੁਸੀਂ ਬੇਸਣ ਵਿੱਚ ਪਾਉਣਾ। ਸਾਡੇ ਕੋਲ ਚਨੇ ਹੈਗੇ ਸੀ ਇਸ ਕਰਕੇ ਅਸੀਂ ਇਹ ਮਿਕਸ ਕਰ ਲਿਆ। ਨਮਕ ਹੁਣ ਸਾਡੇ ਪਰੌਂਠੇ ਬਣਾਉਣ ਦੀ ਤਿਆਰੀ ਹੈ, ਇਸ ਕਰਕੇ ਅਸੀਂ ਹੁਣ ਇਹਦੇ ਵਿੱਚ ਨਮਕ ਮਿਕਸ ਕਰ ਰਹੇ ਹਾਂ।
ਅਸੀਂ ਇਹਦੇ ਵਿੱਚ ਇਸ ਤਰ੍ਹਾਂ ਸਟਫਿੰਗ ਭਰ ਕੇ ਅਸੀਂ ਪਰੌਂਠੇ 'ਤੇ ਘੀ ਲਾਵਾਂਗੇ। ਤੁਸੀਂ ਤੇਲ ਨਾਲ ਬਣਾਉਣੇ ਤੁਸੀਂ ਤੇਲ ਨਾਲ ਬਣਾ ਸਕਦੇ ਹੋ, ਪਰ ਘੀ ਵਾਲੇ ਪਰੌਂਠੇ ਜ਼ਿਆਦਾ ਵਧੀਆ ਹੁੰਦੇ ਨੇ, ਇਸ ਕਰਕੇ ਅਸੀਂ ਘੀ ਵਾਲੇ ਬਣਾ ਰਹੇ ਹਾਂ। ਮੰਮੀ ਨੇ ਬਣਾਏ ਸੀਗੇ ਪਰੌਂਠੇ, ਅਤੇ ਹੁਣ ਆਪਾਂ ਖਾ ਲਈਏ ਪਰੌਂਠੇ ਅਤੇ ਦੇਖਦੇ ਹਾਂ ਕਿਵੇਂ ਬਣਿਆ। ਕਿ ਨਵੀਂ ਰੈਸਪੀ ਹੈ, ਬੜਾ ਘੈਂਟ, ਮਤਲਬ ਦੇਖਣ ਨੂੰ ਵੀ ਬੜੇ ਘੈਂਟ ਨੇ ਪਰੌਂਠੇ। ਅਤੇ ਇਹ ਵਲੋਗ ਜਿਹੜਾ ਆਪਾਂ ਇੱਥੇ ਐਂਡ ਕਰਾਂਗੇ। ਹੁਣ ਮੈਂ ਤਿਆਰ ਹੋਣਾ, ਤਿਆਰ ਹੋ ਕੇ ਫਿਰ ਮੈਂ ਤੁਹਾਨੂੰ ਦੱਸਿਆ ਕਿ ਮੈਂ ਜਾਣਾ, ਅਤੇ ਉਹ ਵਾਲਾ ਨੈਕਸਟ ਵਲੋਗ ਹੋਊਗਾ। ਬਾਕੀ ਇੱਕ ਵਾਰ ਮੰਮੀ ਪਰੌਂਠੇ ਲੈ ਆਉਣਾ, ਨਵੇਂ ਕੱਪੜੇ ਪਾ ਲਾ, ਰੈਡੀ ਹੋ ਜਾ, ਉਸ ਤੋਂ ਬਾਅਦ ਤੁਹਾਨੂੰ ਮਿਲਣਾ, ਅਤੇ ਨਾਲੇ ਫਿਰ ਆਪਾਂ ਚੱਲਦੇ ਹਾਂ। ਇਹ ਵਲੋਗ ਆਪਾਂ ਇੱਥੇ ਐਂਡ ਕਰਾਂਗੇ, ਨਾਲੇ ਪਰੌਂਠੇ ਟੇਸਟ ਕਰ ਲਈਏ। ਬਾਕੀ ਬਹੁਤ ਘੈਂਟ ਆਪਾਂ ਪਰੌਂਠੇ ਘਰ ਵੀ ਖਾਂਦੇ ਹਾਂ, ਦੈਨ ਕਿ ਇੱਦਾਂ ਦਾ ਕੁਛ ਡਿਫਰੈਂਟ ਜਿਹਾ ਵੀ ਟਰਾਈ ਕਰੋ। ਕਈ ਵਾਰ ਬੰਦੇ ਦਾ ਮੂਡ ਹੁੰਦਾ ਕਿ ਮੈਂ ਕੁਛ ਅਲੱਗ ਟਾਈਪ ਦਾ ਖਾਣਾ, ਤਾਂ ਕਰਕੇ ਤਾਂ ਬੈਸਟ ਹੈ ਕਿ ਤੁਸੀਂ ਕੁਛ ਹੋਰ ਵੀ ਟਰਾਈ ਕਰ ਸਕਦੇ ਹੋ। ਅਤੇ ਮਿਲਦੇ ਹਾਂ ਆਪਾਂ, ਮੰਮੀ ਨੇ ਆਣ ਪਰੌਂਠੇ ਨੇ, ਮੈਂ ਰੈਡੀ ਹੋ ਜਾਵਾਂ। ਉਹ ਆਪਾਂ ਰੈਡੀ ਹਾਂ ਅਤੇ ਲੈ ਆਈਏ ਆਪਾਂ ਪਰੌਂਠੇ, ਫਿਰ ਹੁਣ ਖਾ ਲਈਏ ਅਤੇ ਚੱਲਦੇ ਹਾਂ ਫਿਰ, ਕਿਉਂਕਿ ਲੇਟ ਹੋ ਗਿਆ। ਟਾਈਮਿੰਗ ਅਰਾਊਂਡਿੰਗ ਪਹੁੰਚਣ ਦਾ ਟਾਈਮਿੰਗ ਮਤਲਬ 10 ਵਜੇ ਤੱਕ ਦਾ ਹੀ ਆ, ਹੈ ਨਾ, ਤਾਂ ਕਰਕੇ ਕਾਲ ਵੀ ਆ ਗਈ ਦੱਸਦਾ ਜੀ, ਫਿਰ ਤਾਂ ਕਰਕੇ ਜਾਣਾ ਪੈਣਾ ਹੁਣ ਜਲਦੀ। ਅਤੇ ਮਿਲਦੇ ਹਾਂ ਬਸ, ਅੱਗੇ ਕੁਛ ਖਾਣ ਨੂੰ ਲੈ ਆਈਏ, ਮੰਮੀ ਨੇ ਬਣਾ ਕੇ ਉਹਨੇ ਪਰੌਂਠੇ, ਅਤੇ ਮਿਲਦੇ ਹਾਂ ਫਿਰ। ਤੋ ਵੀ ਮਿੱਤਰੋ, ਪਰੌਂਠਾ ਆਪਣਾ ਆ ਗਿਆ, ਇੱਕੋ ਹੀ ਪਰੌਂਠਾ ਖਾਣਾ ਕਿਉਂਕਿ ਸਵੇਰੇ ਸਵੇਰੇ ਭੁੱਖ ਘੱਟ ਹੁੰਦੀ ਆ, ਬਾਕੀ ਜਾਣਾ ਵੀ ਆ ਥੋੜ੍ਹਾ ਜਿਹਾ ਦੂਰ, ਤਾਂ ਕਰਕੇ ਨਾ ਕਿ ਭੁੱਖ ਭੱਖ ਨਾ ਲੱਗੇ ਰਸਤੇ, ਤਾਂ ਕਰਕੇ ਹੈ ਨਾ। ਅਤੇ ਪਰੌਂਠਾ ਦੇਖਣ ਨੂੰ ਵੀ ਘੈਂਟ ਲੱਗ ਰਿਹਾ, ਅਤੇ ਇੱਕ ਬਾਈਟ ਲੈਂਦੇ ਹਾਂ ਦਹੀਂ ਨਾਲ। ਬਾਕੀ ਜਿਹੜੇ ਭੁੰਨੇ ਹੋਏ ਛੋਲੇ ਪੀਸ ਕੇ ਵਿੱਚ ਪਾਏ ਨੇ ਨਾ, ਉਹਨਾਂ ਦਾ ਡਿਫਰੈਂਟ ਹੀ ਟੇਸਟ ਜਿਹਾ ਆ ਰਿਹਾ, ਕਿਉਂਕਿ ਉਹੀ ਚੀਜ਼ ਜ਼ਿਆਦਾ ਘੈਂਟ ਲੱਗ ਰਹੀ ਆ। ਅਤੇ ਬਾਕੀ ਮਿਲਦਾ ਕਿਸੇ ਨੈਕਸਟ ਵਿੱਚ, ਬਾਕੀ ਤੁਸੀਂ ਵੀ ਆਪਣੇ ਘਰ ਪਰੌਂਠੇ ਬਣਾਉਂਦੇ ਹੋ ਜ਼ਰੂਰ, ਬਾਕੀ ਨਵੀਂ ਨਵੀਂ ਡਿਸ਼ ਤੁਸੀਂ ਰੈਡੀ ਕਰਦੇ ਰਿਹਾ ਕਰੋ, ਅਲੱਗ ਅਲੱਗ ਤਰ੍ਹਾਂ ਦੀ ਖਾਣੀ ਚਾਹੀਦੀ ਆ। ਬਾਕੀ ਘੈਂਟ ਚੀਜ਼ਾਂ ਤੁਸੀਂ ਘਰ ਬਣਾਉਂਦੇ ਹੋ ਤਾਂ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ, ਉੱਦਾਂ ਵੀ ਟਾਈਮ ਪਰੌਂਠੇ ਬਣਾਉਂਦੇ ਹੀ ਆਪਾਂ, ਤਾਂ ਕੁਛ ਕੁ ਮਟੀਰੀਅਲ ਆ ਜਿਹੜਾ ਵਿੱਚ ਪੈਂਦਾ ਉਹ ਪਾ ਕੇ ਤੁਸੀਂ ਆਪਣਾ ਵਧੀਆ ਸਵਾਦਿਸ਼ਟ ਐਨ ਘੈਂਟ ਬਣਾ ਸਕਦੇ ਹੋ। ਅਤੇ ਮਿਲਦੇ ਕਿਸੇ ਨੈਕਸਟ ਵਲੌਗ 'ਚ, ਟਿਲ ਦੈਨ ਬਾਏ, ਟੇਕ ਕੇਅਰ ਬਾਬਿਓ। ਬਾਕੀ ਮੀਤ ਹੈ ਨਹੀਂ ਅਤੇ ਮੈਂ ਜਾਣਾ ਜੀ ਕਿਤੇ ਹੋਰ ਆ ਗਿਆ, ਅਤੇ ਵਲੌਗ ਆਪਾਂ 3 ਘੰਟੇ ਕਰਦੇ ਹਾਂ, ਇਸ ਤੋਂ ਅੱਗੇ ਅਲੱਗ ਵਲੌਗ ਤੁਹਾਨੂੰ ਦੇਖਣ ਨੂੰ ਮਿਲ ਜੂਗਾ। ਅਤੇ ਮਿਲਦੇ ਕਿਸੇ ਨੈਕਸਟ ਵਲੌਗ 'ਚ, ਟਿਲ ਦੈਨ ਬਾਏ, ਟੇਕ ਕੇਅਰ, ਹੈਵ ਅ ਨਾਈਸ ਡੇ। ਬਾਬੇ ਚੈਨਲ ਨੂੰ ਕਰਕੇ ਸਬਸਕ੍ਰਾਈਬ, ਵੀਡੀਓ ਨੂੰ ਕਰ ਦਿਓ ਲਾਈਕ, ਅਤੇ ਵੀਡੀਓ ਪੂਰੀ ਦੇਖਿਆ ਕਰੋ, ਕਮੈਂਟ ਕਰਦਿਆ ਕਰੋ ਜ਼ਰੂਰ। ਅਤੇ ਬਾਕੀ ਇੱਕ ਗੱਲ ਹੋਰ ਤਾਂ ਇੰਨਾ ਕਰਨੀ ਜੀ, ਮੈਂ ਰੋਟੀ ਖਾ ਲਾ, ਉਸ ਤੋਂ ਬਾਅਦ ਇੰਨਾ ਗੱਲ ਕਰਦਾ, ਉਸ ਤੋਂ ਬਾਅਦ ਫਿਰ ਵਲੌਗ ਆਪਾਂ ਐਂਡ ਕਰ ਦਿੰਦੇ ਹਾਂ। ਉਹ ਮਿੱਤਰੋ ਆਪਾਂ ਲੱਗੇ ਹੀ ਘਰੋਂ ਨਿਕਲ, ਅਤੇ ਬਾਕੀ ਗੱਲ ਇਹ ਸੀ ਮਿੱਤਰੋ ਕਿ ਕੋਈ ਮਰਜ਼ੀ ਜੋ ਮਰਜ਼ੀ ਕਵੇ, ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਆਪਾਂ ਨੇ ਕੀ ਕਰਨਾ। ਸੋ ਆਪਾਂ ਨੂੰ ਆਪਣੇ ਹਿਸਾਬ ਨਾਲ ਸਭ ਕੁਝ ਜ਼ਿੰਦਗੀ ਦਾ ਸੋਚਣਾ ਚਾਹੀਦਾ, ਹੈ ਨਾ। ਠੀਕ ਆ, ਕੁਛ ਗੱਲਾਂ ਹੁੰਦੀਆਂ ਨੇ ਜਿਹੜੀ ਮਤਲਬ ਕਿਸੇ ਨੂੰ ਨਾ ਚੰਗੀ ਲੱਗਣ, ਤਾਂ ਉਹ ਆਪਣੀ ਫੈਮਿਲੀ ਕਹਿ ਦੇ, ਜਿਨ੍ਹਾਂ ਦਾ ਹੱਕ ਆ, ਹੈ ਨਾ, ਮਤਲਬ ਕੁਛ ਗੱਲਾਂ ਮੰਨਣ ਯੋਗ ਹੁੰਦੀਆਂ ਨੇ ਕਿ ਆਪਾਂ ਮੰਨ ਲੈਂਦੇ ਹਾਂ, ਬਾਕੀ ਲੋਕਾਂ ਦੀ ਪਰਵਾਹ ਨਹੀਂ ਕਰਨੀ, ਉਹ ਗੱਲਾਂ ਛੱਡ ਦਿਓ, ਬਾਕੀ ਸਮਝ ਆਣਗੇ। ਅਤੇ ਠੀਕ ਆ ਮਿੱਤਰ, ਮਿਲਦੇ ਕਿਸੇ ਨੈਕਸਟ ਵਲੌਗ 'ਚ, ਟਿਲ ਦੈਨ ਬਾਏ, ਟੇਕ ਕੇਅਰ। ਅਤੇ ਵਲੌਗ ਆਪਾਂ ਇੱਥੇ ਐਂਡ ਕਰਦੇ ਹਾਂ, ਅਤੇ ਅੱਗੇ ਵਾਲਾ ਵਲੌਗ ਆਪਾਂ ਸਟਾਰਟ ਕਰਾਂਗੇ ਵੀਰੇ। ਠੀਕ ਆ, ਮਿਲਦੇ ਹਾਂ।